ਸਬਸਕ੍ਰਾਈਬ ਕਰੋ ਦਿਵਿਆ ਪੰਜਾਬ ਟੀਵੀ ਅਤੇ ਬੈਲ ਆਈਕਨ ਨੂੰ ਪ੍ਰੈਸ ਕਰੋ ਨਵੀਆਂ ਅਤੇ ਤਾਜ਼ੀਆਂ ਖਬਰਾਂ ਵੇਖਣ ਲਈ। ਨਸ਼ਾ ਤਸਕਰਾਂ ਨੂੰ ਠੱਲ ਪਾਉਣ ਵਾਸਤੇ ਬਣਾਈ ਗਈ ਸਪੈਸ਼ਲ ਟਾਸਕ ਫੋਰਸ ਨੇ ਨਸ਼ਾ ਤਸਕਰਾਂ ਦੀ ਤਰਨਤਾਰਨ ਤੋਂ ਲੁਧਿਆਣਾ ਤੱਕ ਸਪਲਾਈ ਚੇਨ ਨੂੰ ਤੋੜ ਕੇ ਦੋ ਅਲੱਗ ਅਲੱਗ ਮਾਮਲਿਆਂ ਵਿੱਚ 2.5 ਕਿਲੋ ਹੈਰੋਨ ਸਮੇਤ 3 ਦੋਸ਼ੀਆਂ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਪਹਿਲੇ ਮਾਮਲੇ ਵਿੱਚ ਇੰਸਪੈਕਟਰ ਹਰਬੰਸ ਸਿੰਘ ਦੀ ਅਗਵਾਈ ਹੇਠ ਭਿੱਖੀਵਿੰਡ ਜ਼ਿਲ੍ਹਾ ਤਰਨਤਾਰਨ ਪਾਮ ਗਾਰਡਨ ਕੋਲ ਸਪੈਸ਼ਲ ਇਲਾਕੇਬੰਦੀ ਦੌਰਾਨ ਦੋ ਤਸਕਰਾਂ ਨੂੰ 2 ਕਿਲੋ 300 ਗ੍ਰਾਮ ਅਤੇ ਦੂਜੇ ਮਾਮਲੇ ਵਿੱਚ ਮੁਖਬਰੀ ਦੇ ਆਧਾਰ 'ਤੇ ਥਾਣਾ ਬਸਤੀ ਜੋਧੇਵਾਲ ਅਧੀਨ ਪੈਂਦੇ ਪਿੰਡ ਨਿਊ ਆਜ਼ਾਦ ਨਗਰ ਇੱਕ ਆਰੋਪੀ ਨੂੰ 200 ਗ੍ਰਾਮ ਹੈਰੋਨ ਸਮੇਤ ਕਾਬੂ ਕੀਤਾ ਹੈ। ਜਾਣਕਾਰੀ ਮੁਤਾਬਕ ਫੜੀ ਗਈ ਹੈਰੋਨ ਦੀ ਅੰਤਰਰਾਸ਼ਟਰੀ ਮਾਰਕੀਟ ਵਿੱਚ ਕੀਮਤ ਕਰੀਬ 15 ਕਰੋੜ ਦੇ ਕਰੀਬ ਬਣਦੀ ਹੈ। ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ AIG ਸਨੇਹਦੀਪ ਸ਼ਰਮਾ ਨੇ ਕਿਹਾ ਕਿ ਕੁਝ ਦਿਨ ਪਹਿਲਾਂ 550 ਗ੍ਰਾਮ ਹੈਰੋਨ ਸਣੇ ਫੜੇ ਗਏ ਤਸਕਰਾਂ ਦੀ ਨਿਸ਼ਾਨਦੇਹੀ 'ਤੇ ਇੰਨੀ ਵੱਡੀ ਨਸ਼ੇ ਦੀ ਖੇਪ ਬਰਾਮਦ ਹੋਈ ਹੈ। ਉਨ੍ਹਾਂ ਕਿਹਾ ਕਿ ਦੋਸ਼ੀਆਂ 'ਤੇ ਪਹਿਲਾਂ ਵੀ ਨਸ਼ਾ ਤਸਕਰੀ ਦੇ ਕਈ ਮਾਮਲੇ ਦਰਜ ਹਨ। ਇੱਕ ਜਿਹੜਾ ਦੋਸ਼ੀ ਹੋਰ ਮਨਦੀਪ ਸਿੰਘ ਫੜਿਆ ਸੀਗਾ ਜੀ, ਉਹ 'ਤੇ FIR ਰਜਿਸਟਰ ਕੀਤੀ ਔਰ ਉਹ ਤੋਂ 200 ਗ੍ਰਾਮ ਹੈਰੋਨ ਬਰਾਮਦ ਹੋਈ ਹੈ। ਔਰ ਉਹਦੇ 'ਚ ਵੀ ਇੰਟਰਸਟਿੰਗ ਆਸਪੈਕਟ ਇਹ ਹੈ ਕਿ ਵੀ ਉਹ ਇੱਕ ਹੋਰ ਬੰਦੇ ਕੋਲ ਲੈਂਦਾ ਸੀ। STF ਲੁਧਿਆਣਾ ਟੀਮ ਨੇ ਇੱਕ ਬੇਸਿਕ ਇਨਫੋਰਮੇਸ਼ਨ ਤੋਂ ਡਿਵੈਲਪ ਕਰਦਿਆਂ ਹੋਇਆ ਦੋ ਜਿਹੜੇ ਨੇ ਆਦਮੀ ਇੱਕ ਮੇਜਰ ਸਪਲਾਈ ਚੇਨ ਦੇ ਵਿੱਚੋਂ ਜਿਹੜੇ ਕਿ ਮਿਡਲ ਪਾਰਟ ਆਫ ਦਾ ਸਪਲਾਈ ਚੇਨ ਹੈ ਉਹਨਾਂ ਨੂੰ ਭਿੱਖੀਵਿੰਡ ਏਰੀਏ ਤੋਂ ਤਰਨਤਾਰਨ ਡਿਸਟ੍ਰਿਕਟ 'ਚ ਅਰੈਸਟ ਕੀਤਾ, ਜਿਨ੍ਹਾਂ ਕੋਲੋਂ 2 ਕਿਲੋ 300 ਗ੍ਰਾਮ ਹੈਰੋਇਨ ਜਿਹੜੀ ਬਰਾਮਦ ਕੀਤੀ ਗਈ। ਇਹ ਵਿਅਕਤੀ ਲੁਧਿਆਣਾ ਜਲੰਧਰ ਐਂਡ ਸਰਾਊਂਡਿੰਗ ਏਰੀਆਜ਼ ਦੇ ਵਿੱਚ ਕਾਫੀ ਮਾਤਰਾ ਦੇ ਵਿੱਚ ਔਰ ਕਾਫੀ ਸਮੇਂ ਤੋਂ ਡਰੱਗ ਸਪਲਾਈ ਕਰ ਰਹੇ ਸੀਗੇ ਔਰ ਲੁਧਿਆਣੇ ਦੇ ਵਿੱਚ ਇਹਨਾਂ ਦਾ ਕਾਫੀ ਬੇਸ ਸੀਗਾ, ਕੰਜ਼ਿਊਮਰ ਬੇਸ। ਔਰ ਇਸੇ ਕਰਕੇ ਅਸੀਂ ਇੱਥੋਂ ਕਰਦੇ ਬੈਕ ਟਰੈਕ ਕਰਦੇ ਹੋਇਆ ਇਹਨਾਂ ਨੂੰ ਗ੍ਰਿਫਤਾਰ ਕੀਤਾ। ਇਹਨਾਂ ਨੇ ਜਿਹੜੀ ਹੈਗੀ ਹੈ ਕਾਰ ਦੇ ਵਿੱਚ ਭਜਾਉਣ ਦੀ ਕੋਸ਼ਿਸ਼ ਕੀਤੀ, ਈਵਨ ਕਿ ਕਾਫੀ ਸਿਵਲੀਅਨ ਅਤੇ ਆਮ ਟ੍ਰੈਫਿਕ ਨੂੰ ਰਿਸਕ ਵਿੱਚ ਪਾਇਆ, ਪੁਲਿਸ ਪਾਰਟੀ ਨੂੰ ਰਿਸਕ ਪਾਇਆ ਐਂਡ ਆਫਟਰ ਅ ਹੌਟ ਚੇਸ ਇਨ ਭਿੱਖੀਵਿੰਡ ਏਰੀਆ ਇਨ ਤਰਨ ਤਾਰਨ ਦੇ ਵਾਰਾ ਪਈ ਹੈ। ਹਾਂਜੀ, ਇਹ ਜਿਹੜੀ ਇਹ ਪਿਛਲੇ ਇਸ ਤੋਂ ਵੀ ਅਸੀਂ ਟਰੈਕ ਕੀਤਾ ਹੈਗਾ ਜਿਹੜਾ ਸਪਲਾਈ ਚੇਨ, ਉਹਦੇ ਬਾਰੇ ਡਿਟੇਲ ਨਹੀਂ ਦੱਸੀ ਜਾ ਸਕਦੀ ਅਜੇ, ਉਹ ਅਲਟੀਮੇਟਲੀ ਪਾਕਿਸਤਾਨ ਤੋਂ ਹੀ ਜੁੜੇ ਹੋਏ ਨੇ। ਇਹ ਭਿੱਖੀਵਿੰਡ ਦੇ ਰਹਿਣ ਵਾਲੇ ਜੀ, ਇਹਨਾਂ ਦੇ ਜਿਹੜੇ ਨਾਂ ਜੀ, ਇੱਕ ਤਾਂ ਗੁਰਜੰਟ ਸਿੰਘ ਨਾਂ ਜੀ 27 ਸਾਲ ਦਾ, ਇੱਕ ਧਰਮਵੀਰ ਹੈ ਉਹ ਉਸ ਤੋਂ ਥੋੜ੍ਹਾ ਜਿਹਾ ਵੱਡਾ 31 ਈਅਰ ਦਾ। ਇਹ ਜਦੋਂ ਸਾਨੂੰ ਟਿਪ ਆਫ ਮਿਲੀ ਸੀਗੀ FIR ਰਜਿਸਟਰ ਕਰਕੇ ਇਹਨਾਂ ਫੜਨ ਦੀ ਕੋਸ਼ਿਸ਼ ਕੀਤੀ ਗਈ, ਇਹਨਾਂ ਨੇ ਕਾਰ ਭਜਾਉਣ ਦੀ ਕੋਸ਼ਿਸ਼ ਕੀਤੀ ਐਂਡ ਪੁਲਿਸ ਪਾਰਟੀ ਨੇ ਚੇਜ਼ ਕਰਕੇ ਇਹਨਾਂ ਨੂੰ ਫੜਿਆ। ਹਾਂਜੀ, ਇਹਨਾਂ ਹੋਰ ਵੀ ਬੰਦੇ ਸ਼ਾਮਿਲ ਨੇ ਔਰ ਇਹਨਾਂ ਦਾ ਨੈਟਵਰਕ ਜਿਹੜਾ ਲੁਧਿਆਣੇ ਵਿੱਚ ਸੀ, ਅਸੀਂ ਉੱਥੋਂ 4 ਤੋਂ 5 ਵਿਅਕਤੀ ਅਰੈਸਟ ਕਰ ਚੁੱਕੇ ਹਾਂ ਇਸ ਚੇਨ ਦੇ ਪਹਿਲਾਂ ਹੀ, ਜਿਹੜੇ ਕਿ ਇਹਨਾਂ ਤੋਂ ਸਮਾਨ ਲੈ ਕੇ ਫਰਦਰ ਡਿਸਟ੍ਰੀਬਿਊਟ ਕਰਦੇ ਸੀਗੇ ਔਰ ਸੋ ਇਸ ਕਰਕੇ ਇਹ ਮਿਡਲ ਆਫ ਦਾ ਚੇਨ ਨੇ
ਇਹਨਾਂ ਦਾ ਅਗਲਾ ਨੈਟਵਰਕ ਵੀ ਫੜਿਆ ਜਾ ਚੁੱਕਾ, ਇਹ ਖੁਦ ਵੀ ਫੜੇ ਜਾ ਚੁੱਕੇ। ਇਹਨਾਂ ਦਾ ਬੈਕ ਜਿਹੜਾ ਵਾ ਜਿੱਥੋਂ ਸਪਲਾਈ ਆ ਰਹੀ ਹੈ ਉਹ ਅਸੀਂ ਆਈਡੈਂਟੀਫਾਈ ਕਰ ਲਿਆ, ਐਂਡ ਉਹ ਵੀ ਇਹਦਾ ਅਸੀਂ ਸਾਡੀਆਂ ਟੀਮਾਂ ਗਈਆਂ ਹੋਈਆਂ ਨੇ, ਵੀ ਆਰ ਟਰਾਇੰਗ ਟੂ ਨੈਪ ਦਮ ਐਟ ਦ ਅਰਲੀਐਸਟ ਪੋਸੀਬਲ। ਦੇਖੋ ਜੀ ਕਾਫੀ ਮੇਜਰ ਟਾਊਨਸ ਨੂੰ ਕਵਰ ਕਰਦੇ, ਅੰਮ੍ਰਿਤਸਰ, ਜਲੰਧਰ, ਲੁਧਿਆਣਾ, ਮੋਗਾ, ਇਸ ਏਰੀਆ ਤੱਕ ਸਾਰੇ ਸਪਲਾਈ ਦਿੰਦੇ ਸੀ, ਐਂਡ ਅੱਗੇ ਪੈਡਲਰਸ ਨੂੰ ਸਪਲਾਈ ਦਿੰਦੇ ਸੀ। ਉਹ ਤੀਸਰਾ ਅਲੱਗ ਮੁਕੱਦਮਾ ਰਜਿਸਟਰ ਹੋਇਆ ਜੀ, ਉਹ ਜਿਹੜਾ ਹੈਗਾ 200 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਉੱਥੋਂ, ਮਨਦੀਪ ਸਿੰਘ ਤੋਂ, ਲੁਧਿਆਣੇ ਤੋਂ, ਉਹ ਵੀ ਕਿਸੇ ਨਾ ਕਿਸੇ ਤਰੀਕੇ ਇਹਨਾਂ ਨਾਲ ਜੁੜੇ ਹੋਏ ਆ। ਉਹ ਅਸੀਂ ਰਿਕਾਰਡ ਸਾਰਾ ਤਰਨ ਤਾਰਨ ਤੋਂ ਕਢਵਾ ਰਹੇ ਹਾਂ ਜੀ, ਉਹ ਡਿਟੇਲ ਸਾਡੇ ਕੋਲ ਸਾਹਮਣੇ ਆ ਜਾਏਗੀ। ਬਿਲਕੁਲ, ਇਹ 2.5-3 ਸਾਲ ਤੋਂ ਕੰਮ ਕਰ ਰਹੇ ਜੀ। ਰਾਮ ਕ੍ਰਿਸ਼ਨ ਅਰੋੜਾ, ਦਿਵਿਆ ਪੰਜਾਬ ਟੀਵੀ, ਲੁਧਿਆਣਾ।